पासे जिथे किसान मेहनत करके दुनिया दा ढिड भरदा है, उत्थे ही एक किसान ने एक जुगाड़ नाल कुछ अलग कर दिखाया है। जी हाँ, गढ़शंकर जिला हुशियारपुर दे पिंड बसी जलाल दे जामपाल 1981 विच अमरीका जा बसे बुजुर्ग हरदयाल सिंह ख्याड़ा ने अमरीका विच हवा ते बिजली नाल कार चलाउण दा सफल तजर्बा करन तो बाद हुण गढ़शंकर नेड़ले पिंड बीरमपुर विखे बनाए फार्म विच बिजली पैदा करन दा जुगाड़ लगाया है। अमरीका दे कैलिफोर्निया सूबे विच अपने पुत्रां ओंकार सिंह थ्याड़ा अते जतिंदर सिंह थ्याड़ा नाल बदामा दी खेती करदे बुजुर्ग हरदयाल सिंह थ्याड़ा ने दस्या कि परमात्मा दी बख्शिश नाल मन विच कुछ ना कुछ करन दी तड़फ रहिंदी है, जिस दे चलदियां उन्हां 2008 विच अमरीका विखे एक पुरानी कार दा इंजन कढ के इस दी थां ते हवा नाल बिजली पैदा करन दा सिस्टम तैयार करके हवा तो बनी बिजली नाल कार चलाउण दा सफल तजर्बा कीता सी। अजीत दे पत्रकार लखविंदर सिंह धालीवाल दे नाल गलबात करदियां उन्हां कहा कि इस तरह दा तजर्बा हवाई जहाज, रेल गड्डी आदि ते भी कीता जा सकदा है, जिस नाल तेल, कोले ते बिजली दी बचत होवेगी। इस मौके हरदयाल सिंह ने कहा कि ओ कोई इंजीनियर नहीं बल्कि एक साधारण किसान हन। मैं इत्थों अमरीका च 1981 दे विच गया सीगा जनवरी च। इह क्यों गया? ਇਹ ਰੀਜਨ ਇਹ ਸੀ ਵੀ ਇੱਥੇ ਮੈਂ 5 ਰੁਪਏ ਨੂੰ ਖਾਲੀ ਬੋਲੀ ਸੀ ਅਤੇ 5 ਰੁਪਏ ਨੂੰ ਭਰੀ ਬੋਲੀ ਸੀ। ਇੱਥੇ ਜ਼ਿਮੀਦਾਰ ਜਿਹੜਾ ਫੇਲ ਹੋ ਜਾਂਦਾ ਉੱਥੇ ਅਮਰੀਕਾ 'ਚ ਕਾਮਯਾਬ ਹੋ ਜਾਂਦਾ। ਮੈਂ ਅਮਰੀਕਾ ਚਲ ਗਿਆ, ਉੱਥੇ ਜਗ੍ਹਾ ਬਹੁਤ ਕੰਮ ਕੀਤਾ, ਬੜੀ ਸਤਿਗੁਰ ਦੀ ਕਿਰਪਾ ਹੋਈ ਮੇਰੇ 'ਤੇ। ਅਤੇ ਮੈਂ ਪਹਿਲਾਂ ਇੱਕ ਫਾਰਮ ਦੇ ਵਿੱਚ 314 ਏਕੜ ਦਾ ਸੀ ਖਰੋਟਾਂ ਦਾ ਫਾਰਮ, ਉਹਦੇ ਵਿੱਚ ਸ਼ੇਅਰ ਪਾਇਆ, ਉਹ 'ਚ ਪੰਜਵਾਂ ਹਿੱਸਾ ਸੀ ਮੇਰਾ। ਉਹ ਤੋਂ ਬਾਅਦ ਫਿਰ ਅਸੀਂ ਇਕੱਲਿਆਂ ਨੇ ਆਪਣਾ ਬਦਾਮਾਂ ਦਾ ਬਾਗ ਲੈ ਲਿਆ, ਜਿਹਦੇ ਵਿੱਚ 2 ਘਰ ਵਾ ਅਤੇ ਕਨੇਡਾ ਨੂੰ ਫ੍ਰੀ ਵੇ ਦੇ ਉੱਪਰ ਵਾ, ਅਤੇ ਉਹ ਉੱਥੇ ਅਸੀਂ ਖੇਤੀ ਕਰਦੇ ਹਾਂ। ਪਰਮਾਤਮਾ ਨੇ, ਵਾਹਿਗੁਰੂ ਨੇ, ਅਕਾਲ ਪੁਰਖ ਨੇ ਇਹ ਕੀਤਾ। ਮੇਰਾ ਲੜਕਾ ਕਹਿਣ ਲੱਗਾ ਵੀ ਪਾਪਾ ਜੀ, ਵੀ ਤੇਲ ਦੀਆਂ ਕੀਮਤਾਂ ਬੜੀਆਂ ਤੁਹਾਨੂੰ ਚਾਹ ਰਹੀ ਹਾਂ, ਵੀ ਜੇ ਤੁਸੀਂ ਕਹਿੰਦੇ ਹੁੰਦੇ ਸੀ ਕੋਈ ਮਸ਼ੀਨ ਤਿਆਰ ਕਰੋ ਜਿਹੜੀ ਪੈਦਾ ਹੋਵੇ ਅਤੇ ਤੇਲ ਦੀ ਕੀਮਤ ਘੱਟ ਜਾਏ। ਮੈਂ ਉਹ 2 ਚੀਜ਼ਾਂ ਇੱਥੇ ਉੱਥੇ ਤਿਆਰ ਕੀਤੀਆਂ। ਇੱਕ ਤਾਂ ਇਲੈਕਟ੍ਰਿਕ ਕਾਰ ਤਿਆਰ ਕੀਤੀ ਆ, ਵੀ ਪੁਰਾਣੀ ਕਾਰ ਦਾ ਇੰਜਨ ਕੱਢ ਕੇ ਉਹਨੂੰ ਇਲੈਕਟ੍ਰਿਕ ਬਣਾ ਦਿਓ। ਦੂਜਾ ਹੈ ਬਿਜਲੀ ਤਿਆਰ ਕੀਤੀ ਆ, ਉਹ ਜਿਹੜੀ ਬਿਜਲੀ ਆ ਉਹ ਬੋਲਦਾਂ ਦੇ ਨਾਲ ਵੀ ਆ, ਹੱਥ ਦੇ ਨਾਲ ਵੀ ਆ। ਉਹ ਸਮਾਂ ਆਉਣਾ ਤੁਹਾਡੇ ਇੰਡੀਆ ਦੇ ਵਿੱਚ 20 ਸਾਲ ਦਾ ਸਾਰਾ ਕੋਲਾ ਉਹ ਖਤਮ ਹੋ ਜਾਣਾ। ਫਲੂਸ਼ਨ ਇੰਨਾ ਹੋ ਗਿਆ, ਥਰਮਲ ਪਲਾਂਟ, ਗੈ ਕਾਰਾਂ ਬਹੁਤ ਹੋ ਗਿਆ। ਗਲੇਸ਼ੀਅਰ ਜਿਹੜਾ ਨੌਰਥ ਅਤੇ ਸਾਊਥ ਪੋਲ ਦਾ ਜਿਹੜਾ ਉਹ ਸਾਰਾ ਪਾਣੀ ਬਣੀ ਜਾਂਦਾ, ਅਤੇ ਜਿਹੜੇ ਛੋਟੇ ਛੋਟੇ ਆਈਲੈਂਡ ਆ ਉਹ ਸਾਰੇ ਜਿਹੜੇ ਆ ਉਹ ਸਾਰੇ ਪਾਣੀ ਦੇ ਵਿੱਚ ਆ ਜਾਣੇ ਆ। ਉਹਦੇ ਲਈ ਬਹੁਤ ਵੱਡੀ ਪ੍ਰੋਬਲਮ ਹੋ ਜਾਣੀ ਆ, ਅਤੇ ਮੈਨੂੰ ਵਾਹਿਗੁਰੂ ਨੇ ਕਿਰਪਾ ਕੀਤੀ ਆ, ਬਹੁਤ ਵੱਡੀ ਕਿਰਪਾ ਕੀਤੀ। ਇੱਕ ਪੰਜਾਬੀ, ਇੱਕ ਸਿੱਖ ਜਿਹਨੇ ਇਹ ਚੀਜ਼ ਤਿਆਰ ਕੀਤੀ ਵਾਹਿਗੁਰੂ ਦੀ, ਅਕਾਲ ਪੁਰਖ ਦੀ ਕਿਰਪਾ ਨਾਲ। ਮੈਂ ਨਹੀਂ ਕੀਤੀ, ਮੇਰੇ ਕੋਈ ਡਿਗਰੀ ਨਹੀਂ, ਪੜ੍ਹਿਆ ਜ਼ਰੂਰ ਮੈਂ ਹੈਗਾ, ਮਕੈਨਿਕ ਵੀ ਆ। ਇਹ ਜਿਹੜੀ ਇਹ ਪ੍ਰੋਜੈਕਟ ਜਿਹੜਾ ਹੈਗਾ, ਇਹ ਸਾਰੇ ਜਣੇ ਇਹਨੂੰ ਲਵੋ। ਇਹ ਕਾਰਾਂ ਜਿਹੜੀ ਹਵਾ ਨਾਲ ਚੱਲਦੀ ਆ, ਇਹ 2008 'ਚ ਬਣਾਈ ਸੀ, ਉਹ ਤੋਂ ਬਾਅਦ ਫਿਰ ਛੱਡ ਦਿੱਤੀ ਕਿਉਂ ਬੈਟਰੀ ਨੂੰ ਚਾਰਜ ਨਹੀਂ ਸੀ ਕਰਦੀ ਰੀਚਾਰਜ। ਇਹ ਹੁਣ ਤਿਆਰ ਹੋ ਗਈ ਪਿਛਲੇ ਸਾਲ, ਇਹ ਹੁਣ ਤੁਹਾਨੂੰ ਦਿਖਾਉਂਦੇ ਹਾਂ ਅਖਬਾਰਾਂ ਦੇ ਵਿੱਚ। ਉੱਥੇ ਅਮਰੀਕਾ ਦੇ ਵਿੱਚ ਨਿਕਲਿਆ ਅਤੇ ਮੈਂ ਹੁਣ ਅਗਲੇ ਸਾਲ ਇੱਥੇ ਬਣਾ ਕੇ ਤੁਹਾਨੂੰ ਦਿਖਾਵਾਂਗਾ ਇਹ ਕਿੱਦਾਂ ਕਾਰ ਚੱਲ ਰਹੀ ਆ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।